ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਨੌਰ ਅਤੇ ਸਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲਣ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਜਗਦੀਪ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਸੀ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਮੋਗੇ ਦੀ ਰੈਲੀ ਇਤਿਹਾਸਕ ਰੈਲੀ ਸਾਬਤ ਹੋਈ ਹੈ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਜਿੱਤ ਯਕੀਨੀ ਹੈ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਵਿੱਚ ਆਪਸ ਵਿੱਚ ਖਿੱਚੋਤਾਣ ਲੱਗੀ ਹੋਈ ਹੈ। ਦੇਖੋ, ਮੋਗੇ ਦੀ ਇਤਿਹਾਸਕ ਰੈਲੀ ਨੇ ਆ ਰਹੀ ਵਿਧਾਨ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ BSP ਦੀ ਜਿੱਤ ਦੇ ਝੰਡੇ ਗੱਡੇ ਨੇ ਔਰ ਮੋਗਾ ਰੈਲੀ ਵਿੱਚ ਵਰਕਰ ਦਾ ਉਤਸ਼ਾਹ ਅਤੇ ਇਕੱਠ ਦੇਖ ਕੇ ਇਹ ਗੱਲ ਸਿੱਧੇ ਸੰਕੇਤ ਸਪਸ਼ਟ ਦਿਖਾਈ ਦਿੱਤੇ ਕਿ ਆ ਰਹੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ BSP ਦਾ ਗਠਬੰਧਨ ਜਿਹੜਾ ਹੈ ਉਹ ਰਾਜ ਸੱਤਾ ਵਿੱਚ ਆਏਗਾ। ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ, ਸਾਡੇ ਰਾਜਸੀ ਵਿਰੋਧੀ ਧਿਰਾਂ ਜਿਹੜੀਆਂ ਨੇ, ਕਾਂਗਰਸ ਪਾਰਟੀ ਤਾਂ ਆਪਸੀ ਅੰਦਰੂਨੀ ਕਲੇਸ਼ ਦੇ ਵਿੱਚ, ਅੰਦਰੂਨੀ ਜੰਗ ਦੇ ਵਿੱਚ ਔਰ ਇੱਕ ਦੂਜੇ ਦੇ ਮਿਹਣੋ ਮਿਹਣੀ ਮਾਰਨ ਦੇ ਚੱਕਰ ਦੇ ਵਿੱਚ, ਇੱਕ ਦੂਜੇ ਤੋਂ ਵੱਧ ਕੇ ਗੱਪ ਮਾਰਨ ਦੇ ਵਿੱਚ ਲੱਗੀ ਹੋਈ ਆ। ਅਤੇ ਦੂਜੇ ਪਾਸੇ ਕੇਜਰੀਵਾਲ ਜਿਹੜਾ ਹੈ ਉਹਦਾ ਪੰਜਾਬ ਪ੍ਰਤੀ ਬੇਗਾਨਾਪਣ ਉਹਦੇ ਵਿਵਹਾਰ ਨੇ, ਉਹਦੀ ਭਾਸ਼ਾ ਨੇ ਪ੍ਰਗਟ ਕਰਤਾ। ਜਿਹੜਾ ਬੰਦਾ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਲਈ ਅਦਾਲਤ ਦਾ ਕੁੰਡਾ ਖੜਕਾ ਸਕਦਾ, ਜਿਹੜਾ ਬੰਦਾ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਛਾੜਨ ਦਾ ਇਲਜ਼ਾਮ ਪੰਜਾਬ ਦੇ ਕਿਸਾਨਾਂ 'ਤੇ ਲਾ ਸਕਦਾ ਦਿੱਲੀ ਵਿੱਚ ਪ੍ਰਦੂਸ਼ਣ ਲਈ, ਜਿਹੜਾ ਬੰਦਾ ਤਿਹਾੜ ਜੇਲ੍ਹ ਵਿੱਚ ਕਿਸਾਨੀ ਸੰਘਰਸ਼ ਦੇ ਮਹਾਨ ਯੋਧਿਆਂ ਨੂੰ ਬੇਇੱਜ਼ਤ ਕਰ ਸਕਦਾ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਰਾਹੀਂ, ਜਿਹੜੀ ਵਿਧਾਨ ਸਭਾ ਦੀ ਬਣਾਈ ਕਮੇਟੀ ਆ, ਜਿਹੜੇ ਉਹਨੇ ਤੱਥ ਸਾਹਮਣੇ ਕੀਤੇ ਨੇ, ਉਹਨਾਂ ਨੇ ਪ੍ਰਗਟ ਕੀਤਾ ਕਿ ਕਿਵੇਂ ਕੇਜਰੀਵਾਲ ਸਾਹਿਬ ਅਤੇ ਮੋਦੀ ਸਾਹਿਬ ਦੀ ਸ਼ਹਿ 'ਤੇ ਤਿਹਾੜ ਜੇਲ੍ਹ ਵਿੱਚ ਸਾਡੇ ਕਿਸਾਨ ਭਰਾਵਾਂ ਦਾ ਅਪਮਾਨ ਹੋਇਆ, ਬੇਇੱਜ਼ਤ ਕੀਤਾ ਗਿਆ। ਉਹ ਤੋਂ ਬਾਅਦ ਮੇਰਾ ਖਿਆਲ ਨਹੀਂ ਪੰਜਾਬ ਦਾ ਕੋਈ ਵੀ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਪੰਜਾਬ ਦਾ ਅੰਨ ਖਾਧਾ, ਉਹ ਕੇਜਰੀਵਾਲ ਨੂੰ ਕਿਸੇ ਤਰ੍ਹਾਂ ਰਾਜ ਸੱਤਾ ਸੰਭਾਲਣ ਲਈ ਤਾਂ ਇੱਕ ਪਾਸੇ ਸੋਚ ਵੀ ਨਹੀਂ ਸਕਦਾ। ਸੋ ਦੋਵੇਂ ਸਾਡੇ ਰਾਜਸੀ ਵਿਰੋਧੀ ਜਿਹੜੇ ਨੇ ਉਹ ਅਲੱਗ ਥਲੱਗ ਪੈ ਚੁੱਕੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਜਿਹੜਾ ਗਠਬੰਧਨ ਆ ਉਹਨੇ ਸਾਬਤ ਕਰਤਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਝਦੇ ਨੇ। ਪੰਜਾਬ ਦੇ ਲੋਕਾਂ ਨੂੰ ਆਸ ਅਤੇ ਵਿਸ਼ਵਾਸ ਅਕਾਲੀ ਦਲ 'ਤੇ ਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਸਾਲਾ ਇਤਿਹਾਸ ਦੇ ਵਿੱਚ ਜਿਹੜੀ ਪਹਿਚਾਣ ਬਣਾਈ ਆ ਕਿ ਅਕਾਲੀ ਜੋ ਕਹਿੰਦੇ ਨੇ ਉਹ ਕਰਦੇ ਨੇ, ਅਕਾਲੀ ਇਸ ਮੁਲਕ ਦੇ ਵਿੱਚ ਕਿਸਾਨੀ ਦੇ ਹੱਕਾਂ ਦੇ ਪਹਿਰੇਦਾਰ, ਗਰੀਬ ਮਜ਼ਦੂਰ ਕਿਰਤੀ ਅਤੇ ਹੱਕਾਂ ਦੇ ਪਹਿਰੇਦਾਰ ਦੇ ਤੌਰ 'ਤੇ ਆਪਣੀ ਪਹਿਚਾਣ ਬਣਾ ਚੁੱਕੇ ਨੇ ਔਰ ਦੇਸ਼ ਵਿੱਚ ਫੈਡਰਲ ਢਾਂਚਾ ਮਜ਼ਬੂਤੀ ਨਾਲ ਕਾਇਮ ਕਰਨ ਲਈ ਜੱਦੋ ਜਹਿਦਾਂ ਦੀ ਅਗਵਾਈ ਕਰਕੇ ਅਕਾਲੀਆਂ ਨੇ ਸੂਬਿਆਂ ਦੇ ਵੱਧ ਅਧਿਕਾਰ ਹੋਣ ਦੇ ਪਹਿਰੇਦਾਰ ਦੇ ਤੌਰ 'ਤੇ ਆਪਣੀ ਪਹਿਚਾਣ ਬਣਾ ਲਈ ਆ। ਅੱਜ ਮੁਲਕ ਦੇ ਵਿੱਚ ਅੱਡ ਅੱਡ ਸੂਬਿਆਂ ਵਿੱਚ ਖੇਤਰੀਵਾਦ ਜਿਹੜਾ ਵੱਧ ਰਿਹਾ, ਖੇਤਰੀਵਾਦ ਦੀ ਭਾਵਨਾ ਜਿਹੜੀ ਵੱਧ ਰਹੀ ਆ, ਕਿਉਂਕਿ ਕੇਂਦਰ ਵਿੱਚ ਆਈਆਂ ਸਰਕਾਰਾਂ ਨੇ ਹਮੇਸ਼ਾ ਸੂਬਿਆਂ ਦੇ ਅਧਿਕਾਰ ਖੇਤਰ ਛਾਂਗੇ ਨੇ, ਕੇਂਦਰ ਵਿੱਚ ਆਈਆਂ ਸਰਕਾਰਾਂ ਨੇ ਹਮੇਸ਼ਾ ਸੂਬਿਆਂ ਦੇ ਅਧਿਕਾਰ ਖੇਤਰ ਖੋਹੇ ਨੇ। ਆਹ ਹੁਣ BSF ਦਾ ਘੇਰਾ ਵਧਾਉਣਾ ਇਸ ਗੱਲ ਦੀ ਮਿਸਾਲ ਆ। ਪਾਣੀਆਂ ਦਾ ਮਸਲਾ ਜਿਹੜਾ ਉਹਦੇ 'ਤੇ ਫੈਸਲੇ ਜਿਹੜੇ ਕਰਨੇ, ਚੰਡੀਗੜ੍ਹ ਵਰਗੇ ਰਾਜਧਾਨੀ ਨੂੰ ਮਤਲਬ ਲਟਕਦਾ ਰੱਖਣਾ, ਪੰਜਾਬ ਤੋਂ ਖੋਹ ਲੈਣਾ, ਇਹ ਕੁਛ ਉਦਾਹਰਨਾਂ ਨੇ ਜਿਹੜੀਆਂ ਕਹਿ ਸਕਦੇ ਹਾਂ ਕਿ ਕੇਂਦਰ ਨੇ ਹਮੇਸ਼ਾ ਸੂਬਿਆਂ ਨਾਲ ਧੱਕਾ ਕੀਤਾ। ਇਹ ਧੱਕੇ ਦੇ ਵਿਰੁੱਧ ਕੇਵਲ ਅਤੇ ਕੇਵਲ ਅਕਾਲੀ ਲੜੇ ਨੇ। ਆਜ਼ਾਦ ਭਾਰਤ ਦੇ ਵਿੱਚ ਅਕਾਲੀਆਂ ਦੇ ਪ੍ਰਧਾਨ ਨੂੰ ਪਹਿਲੀ ਵਾਰ ਹੱਥਕੜੀ ਲੱਗੀ ਹੈ। ਸੋ ਇਸ ਕਰਕੇ ਅੱਜ ਸੂਬੇ ਦੇ ਲੋਕ ਅਕਾਲੀਆਂ 'ਤੇ ਆਸ ਕਰ ਰਹੇ ਨੇ, ਅਕਾਲੀਆਂ 'ਤੇ ਵਿਸ਼ਵਾਸ ਕਰ ਰਹੇ ਨੇ ਔਰ ਆ ਰਹੀ ਚੋਣ ਦੇ ਨਤੀਜੇ ਜਿਹੜੇ ਨੇ ਉਹ ਲਾਜ਼ਮੀ ਤੌਰ 'ਤੇ BSP ਅਤੇ ਅਕਾਲੀ ਦਲ ਨੂੰ ਰਾਜ ਸੱਤਾ ਸੰਭਾਲਣ ਵਾਲੇ ਹੋਣਗੇ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।
देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।